ਟਾਂਡਾ ਸ਼ਹਿਰ ਦਾ ਨਾਮ ਪੂਰੇ ਭਾਰਤ ਵਿੱਚ ਚਮਕਾਉਣ ਲਈ ਗੁਰਵਿੰਦਰ ਹੈਵੀ ਅਰਥ ਮੂਵਰਸ ਦਾ ਵੀ ਅਹਿਮ ਯੋਗਦਾਨ ਹੈ। 1997 ਵਿੱਚ ਮਕੈਨੀਕਲ ਇੰਜੀਨੀਅਰ ਦਾ ਡਿਪਲੋਮਾ ਕਰਨ ਤੋਂ ਬਾਅਦ ਗੁਰਵਿੰਦਰ ਸਿੰਘ ਨੇ JCB ਕੰਪਨੀ ਦੇ ਡੀਲਰ ਸੁਮਿਤ ਅਰਥ ਮੂਵਰਸ ਪਠਾਨਕੋਟ ਵਿੱਚ JCB ਸਰਵਿਸ ਇੰਜੀਨੀਅਰ ਦੀ ਜੌਬ ਕੀਤੀ। ਉਹਨਾਂ ਦਿਨਾਂ ਵਿੱਚ JCB ਆਪਰੇਟਰ ਬਣਨ ਲਈ 2-3 ਸਾਲ ਹੈਲਪਰ ਲੱਗਣਾ ਪੈਂਦਾ ਸੀ ਅਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਪੰਜਾਬ ਵਿੱਚ ਕੋਈ ਅਜਿਹਾ ਟ੍ਰੇਨਿੰਗ ਇੰਸਟੀਟਿਊਟ ਨਹੀਂ ਸੀ ਜਿੱਥੇ JCB ਆਪਰੇਟਰ ਬਣਨ ਦੀ ਟ੍ਰੇਨਿੰਗ ਦਿੱਤੀ ਜਾਏ। ਗੁਰਵਿੰਦਰ ਦਾ ਇਹੀ ਸੁਪਨਾ ਸੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੱਕ ਨਵੀਂ ਸੇਧ ਦਿੱਤੀ ਜਾਵੇ। ਸਨ 2002-2003 ਵਿੱਚ ਪੰਜਾਬ ਦਾ ਪਹਿਲਾ JCB ਆਪਰੇਟਰ ਟ੍ਰੇਨਿੰਗ ਇੰਸਟੀਟਿਊਟ ਚਾਲੂ ਕੀਤਾ, ਜਿਸ ਵਿੱਚ ਸ਼ਾਰਟ ਟਰਮ ਕੋਰਸਿਸ ਕਰਵਾਏ ਜਾਂਦੇ ਹਨ। ਇਹ ਕੋਰਸਿਸ ਕੇਵਲ 1 ਮਹੀਨੇ ਵਿੱਚ ਹੀ ਕਰਵਾਉਣੇ ਸ਼ੁਰੂ ਕਰ ਦਿੱਤੇ। ਪੂਰੇ ਭਾਰਤ ਦੇ ਵੱਖ-ਵੱਖ ਸਟੇਟਸ ਤੋਂ ਵਧੀਆ ਰਿਸਪਾਂਸ ਮਿਲਿਆ।